ਸਤਿ ਸ਼੍ਰੀ ਅਕਾਲ ਜੀ, ਅੱਜ ਹੈ ਫਿਲਮੀ ਫਰਾਈਡੇ ਅਤੇ ਫਿਲਮੀ ਫਰਾਈਡੇ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਰਣਜੀਤ ਬਾਬਾ ਸਟਾਰਰ ਫਿਲਮ ਤਾਰਾ ਮੀਰਾ। ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫਿਲਮ ਦੇਖਣ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਦੀ ਕੀ ਹੈ ਰਾਏ ਅਤੇ ਕਿੰਨੇ ਸਟਾਰਸ ਉਹ ਇਸ ਮੂਵੀ ਨੂੰ ਦੇਖਣ ਤੋਂ ਬਾਅਦ ਦਿੰਦੇ ਨੇ। ਅੱਛੀ ਜੀ, ਪਿਕਚਰ ਕੈਂਡ ਹੈ, ਵਧੀਆ ਜੀ, ਵਧੀਆ ਮੂਵੀ, ਬਹੁਤ ਵਧੀਆ ਜੀ, ਬਹੁਤ ਵਧੀਆ, ਵਧੀਆ ਮੂਵੀ, ਕਾਮੇਡੀ ਆ, ਵਧੀਆ, ਬਹੁਤ ਸੋਹਣੀ ਮੂਵੀ, ਬਹੁਤ ਵਧੀਆ, ਵਧੀਆ ਸੀਗੀ, ਚਾਰ ਬੜੀ ਕੈਂਡ ਲੱਗੀ, ਵਧੀਆ ਮੂਵੀ ਹੈ ਜੀ, ਰਣਜੀਤ ਬਾਬਾ ਦੀ ਐਕਟਿੰਗ ਕਿਸਾ ਲੱਗੀ, ਅੱਛੀ ਹੈ, ਹਿੱਟ ਹੈ, ਕੋਈ ਵੀ ਦੇਖੇਗਾ ਤਾਂ ਹੱਸ ਹੱਸ ਕੇ ਪਾਗਲ ਹੋ ਜਾਏਗਾ। ਨਹੀਂ ਵਧੀਆ, ਰਣਜੀਤ ਬਾਬਾ ਦੀ ਐਕਟਿੰਗ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀਗੀ ਜੀ, ਬਹੁਤ ਵਧੀਆ ਸੀਗੀ ਸਾਰਿਆਂ ਵਿੱਚ, ਰਣਜੀਤ ਬਾਬਾ ਦੀ ਯਾ ਕਾਮੇਡੀ ਹੈਗੀ ਆ, ਸਾਰੇ ਮਤਲਬ ਇਕੁਅਲ ਹੁੰਦੇ ਆ, ਨਾ ਕੋਈ ਬਿਆਦੀ ਵਗੈਰਾ, ਨਾ ਕੋਈ ਚੱਟ ਵਗੈਰਾ, ਸਾਰੇ ਇਕੁਅਲ ਆ, ਜੇ ਇੰਡੀਆ 'ਚ ਹੈਗੇ, ਵਧੀਆ ਐਕਟਿੰਗ ਹੈ, ਬਹੁਤ ਵਧੀਆ ਐਕਟਿੰਗ ਆ, ਚਾਰ ਚਾਰ ਮਾਮੂ, ਚਾਰ ਹੈਗੇ, 10 'ਚੋਂ ਦੇਵਾਂਗੇ, 9 ਦੇਵਾਂਗੇ ਜੀ, ਮੈਂ 4 4 ਦੇਵਾਂਗੇ, 4 ਸਟਾਰ, 4 5 ਤੋਂ 5 ਸਟਾਰ ਦੇਂਗੇ, 5 ਤੋਂ 4.5 ਸਟਾਰ, 4.5। ਤਾਂ ਇਹ ਸੀਗੇ ਚੰਡੀਗੜ੍ਹ ਦੇ ਲੋਕਾਂ ਦੀ ਰਾਏ ਜਿਨ੍ਹਾਂ ਨੇ ਤਾਰਾ ਮੀਰਾ ਫਿਲਮ ਦੇਖਣ ਤੋਂ ਬਾਅਦ ਆਪਣੇ ਵਿਊਜ਼ ਦਿੱਤੇ ਅਤੇ ਸਾਰਿਆਂ ਵੱਲੋਂ ਇਸ ਫਿਲਮ ਨੂੰ ਕਾਫੀ ਹੁੰਗਾਰਾ ਦਿੱਤਾ ਗਿਆ ਹੈ। 5 ਮੋਸਟਲੀ ਲੋਕਾਂ ਨੇ 4 ਸਟਾਰਸ ਦਿੱਤੇ ਹੈ, ਤਾਂ ਕਹਿ ਸਕਦੇ ਹਾਂ ਕਿ ਰਣਜੀਤ ਬਾਵੇ ਦੀ ਜਿਹੜੀ ਫਿਲਮ ਦੀ ਵੇਟ ਕੀਤੀ ਜਾ ਰਹੀ ਉਸ ਨੂੰ ਹੁਣ ਦੇਖ ਕੇ ਦਰਸ਼ਕ ਕਾਫੀ ਖੁਸ਼ ਹੋਏ ਨੇ ਅਤੇ ਅਸੀਂ ਵੀ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗੇ ਤੋ ਜ਼ਿਆਦਾ ਗਿਣਤੀ 'ਚ ਫਿਲਮ ਜਿਹੜੀ ਥੀਏਟਰ 'ਚ ਜਾ ਕੇ ਦੇਖੋ ਅਤੇ ਜਿਹੜੇ ਐਕਟਰਸ ਹੈ ਉਹਨਾਂ ਦੇ ਕੰਮ ਨੂੰ ਹੋਰ ਚੰਗਾ ਹੁੰਗਾਰਾ ਦਿਓ। ਚੰਡੀਗੜ੍ਹ ਤੋਂ ਕੈਮਰਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ ਦਾ ਨਿਕ ਸਵੇਰਾ ਟੀਮ।